ਸਾਡੇ ਵੱਲੋਂ ਇੱਕ ਥਾਣਾ ਕੁਤਵਾਲੀ ਵੱਲੋਂ ਇੱਕ FIR ਨੰਬਰ 6 ਦਰਜ ਕੀਤੀ ਗਈ ਆ ਅਗੇਂਸਟ ਸੁਖਦੀਪ ਕੌਰ ਆ। ਇਹ ਤਿਉਣੇ ਦੀ ਰਹਿਣ ਵਾਲੀ ਆ। ਮਸਲਾ ਇਹ ਸੀਗਾ ਕਿ ਸ਼ਵੇਤਾ ਜਿੰਦਲ ਨਾਮ ਦੀ ਜਿਹੜੇ ਸਟੇਟ SBI ਦੀ ਬੈਂਕ ਮੈਨੇਜਰ ਆ, ਉਹਨੇ ਇੱਕ ਦਰਖਾਸਤ ਦਿੱਤੀ ਸੀ ਮਾਣਯੋਗ SSP ਸਾਹਿਬ ਕੋਲ, ਜਿਸ ਦੀ ਪੜਤਾਲ ਈ ਓ ਬੈਂਕ ਦੁਆਰਾ ਕੀਤੀ ਗਈ ਹੈ। ਦਰਖਾਸਤ ਦੇ ਵਿੱਚ ਇਸ ਜਿਹੜੀ ਅਕਿਊਜ਼ਡ ਆ ਇਹਦੇ 'ਤੇ ਇਹ ਐਲੀਗੇਸ਼ਨ ਲੱਗੇ ਸੀਗੇ ਵੀ ਇਹਨੇ ਇੱਕ ਜਾਲੀ PO ਲੈਟਰ ਤਿਆਰ ਕਰਕੇ, ਜੁਆਇਨਿੰਗ ਲੈਟਰ ਤਿਆਰ ਕਰਕੇ, ਅਤੇ ਅਮਰੀਕ ਸਿੰਘ ਰੋਡ 'ਤੇ ਜਿਹੜਾ SBI ਬੈਂਕ ਦੀ ਬ੍ਰਾਂਚ ਹੈਗੀ ਆ ਉੱਥੇ ਜਿਹੜੀ ਇਹਨੇ 2 ਮਹੀਨੇ ਨੌਕਰੀ ਕੀਤੀ ਸੀ। ਤਾਂ EO ਬੈਂਕ ਦੁਆਰਾ ਇਸ ਦਰਖਾਸਤ ਦੀ ਪੜਤਾਲ ਕੀਤੀ ਔਰ ਦਰਖਾਸਤ ਦੀ ਪੜਤਾਲ ਦੌਰਾਨ ਇਹ ਜਿਹੜਾ ਲੈਟਰ ਆ ਜਿਹੜਾ ਉਹਨਾਂ ਨੇ ਫੇਕ ਪਾਇਆ, ਜਿਸ 'ਤੇ ਮਾਣਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੱਲ੍ਹ ਇੱਕ FIR ਦਰਜ ਕੀਤੀ ਗਈ ਹੈ ਔਰ ਜਿਹੜਾ ਅਕਿਊਜ਼ਡ ਆ ਸਾਡੇ ਵੱਲੋਂ ਨਾਲ ਦੀ ਨਾਲ ਅਰੈਸਟ ਕਰ ਲਿਆ ਹੈ, ਜਿਸ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਵੱਧ ਤੋਂ ਵੱਧ ਉਹਦਾ ਰਿਮਾਂਡ ਹਾਸਲ ਕਰਕੇ ਆ ਜਿਹੜੇ, ਜੇਕਰ ਹੋਰ ਵੀ ਬੰਦਾ ਇਹਦੇ ਵਿੱਚ ਜਾਂ ਇਹਦਾ ਕੋਈ ਸਾਥੀ ਵਗੈਰਾ ਜਾਂ ਕਿਸੇ ਵੀ ਬੈਂਕ ਦੇ ਅਧਿਕਾਰੀ ਦੀ ਕੋਈ ਸ਼ਮੂਲੀਅਤ ਹੈਗਾ ਤਾਂ ਉਹਦੇ ਅਸੀਂ ਰੋਲ ਨੂੰ ਵੈਰੀਫਾਈ ਕਰਕੇ, ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਸਨੂੰ ਮੁਕੱਦਮੇ ਵਿੱਚ ਨੋਮੀਨੇਟ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੈ। ਨਹੀਂ, ਇੱਕ ਦੇ ਬਾਏ ਨੇਮ ਹੀ ਜਿਹੜਾ ਇੱਕ 'ਤੇ ਹੀ ਹੈਗਾ ਜਿਹੜਾ ਪਰਚਾ, ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹਾਂ ਅਸੀਂ, ਬਾਕੀ ਇਨਵੈਸਟੀਗੇਸ਼ਨ ਦੌਰਾਨ ਹੀ ਪਤਾ ਲੱਗੂਗਾ ਵੀ ਕਿਸੇ ਹੋਰ ਦਾ ਹੈਗਾ ਰੋਲ ਕਿਤੇ।